ਕੀ ਹੋਇਆ, ਚੱਕਿਆ ਨਹੀਂ? ਉਹ ਚੱਕ ਲਓ, ਚੱਕ ਲਓ, ਐਡੀਆਂ ਚੱਕ ਚੱਕ ਚੱਕਦੇ ਪਏ ਹੋ ਤੁਸੀਂ। ਮੈਂ ਫੜਾਵਾਂ, ਮੰਮਾ ਫੜਾਵੇ? ਹਾਂਜੀ, ਕਿੱਥੇ ਤੇਰਾ ਪੁੱਤ? ਉਹ ਬਾਹਰ ਡੋਗੀ ਬੈਠਾ, ਡੋਗੀ ਪਕੜੇਗਾ ਫਿਰ, ਡੋਗੀ ਪਕੜੇਗਾ। ਆ ਗਿਆ ਡੋਗੀ, ਆ ਗਿਆ, ਆ ਗਿਆ, ਆ ਗਿਆ, ਆ ਗਿਆ। ਪਾਪਾ ਕਿੱਥੇ ਗਏ? ਹੈ ਸੋਨੇ, ਓਏ 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 ਓਏ, ਨਾ ਪੁੱਤ, ਵਾਪਸ ਆ ਜਾਓ। ਜਬਨੂਰ ਹੁਣੇ ਨਾ ਰਸੋਈ ਦੇ ਵਿੱਚ ਖੜ੍ਹੀ ਹੋ ਕੇ ਨੇੜੇ ਨੇੜੇ ਦੇ ਜਿਹੜੇ ਭਾਂਡੇ ਪਏ ਹੁੰਦੇ ਨੇ ਨਾ, ਉਹ ਚੱਕਦੀ ਹੈ। ਛੋਟਾ ਜਿਹਾ ਫਰਾਈ ਪੈਨ ਪਿਆ, ਉਹ ਚੱਕਣ ਗਈ। ਹੁਣ ਉੱਥੇ ਗਈ ਬਾਥਰੂਮ ਦੇ ਕੋਲ। ਹਾਂਜੀ, ਕੁੰਡੀ ਨਾ ਲਾ ਦੀ ਬਾਹਰੋਂ ਦੀ ਬਾਹਰ। ਉਹ ਪਾਪਾ ਆ ਗਏ, ਉਹ ਪਾਪਾ ਆ ਗਏ ਜਪਨੂਰ ਦੇ, ਜਪਨੂਰ ਦੇ ਪਾਪਾ ਆ ਗਏ ਜੀ। ਨਹੀਂ ਹੈ, ਭੱਜੋ 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 ਭੱਜੇ ਭੱਜੇ ਆਓ ਜੀ, ਭੱਜੇ ਭੱਜੇ ਆ ਜਾਓ ਜੀ। ਹਾਂਜੀ, ਲੀਜ਼ਰਡ ਕਿੱਥੇ? ਚੱਲ ਲੀਜ਼ਰਡ ਕਿੱਥੇ ਹੈ ਜਪਨੂਰ? ਲੀਜ਼ਰਡ ਕਿੱਥੇ ਹੈ? ਕਿੱਧਰ? ਉਹ ਤਾਂ ਇੱਥੇ ਹੁੰਦੀ ਪੁੱਤ, ਨਹੀਂ ਮਿਲਣਾ। ਮੈਂ ਲੈ ਕੇ ਆਉਂਦੀ ਹਾਂ ਡੋਗੀ ਨੂੰ ਫਿਰ, ਜੇ ਅਗਰ ਹੁਣ ਤੁਸੀਂ ਕਿਚਨ ਵੱਲ ਗਏ ਨਾ ਤਾਂ ਮੈਂ ਡੋਗੀ ਨੂੰ ਲੈ ਕੇ ਆਵਾਂਗੀ। ਬੁਲਾਵਾਂ ਡੋਗੀ ਨੂੰ? ਹਾਂਜੀ, ਹੁਣ ਫਿਰ ਫੜੇਗੀ। ਜੇ ਕੀ ਲੈਣ ਆਏ ਤੁਸੀਂ? ਨੋ 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 ਨੋ, ਇੱਧਰ ਉੱਧਰ ਦੇ ਭਾਂਡੇ ਕੱਪੜੇ ਨਹੀਂ ਚੱਕਣੇ। ਆਏ ਜਪਨੂਰ, ਹੁਣ ਤੂੰ ਪੋਚੇ ਲਾਉਣੇ? ਉਦਣ ਵੀ ਪੋਚੇ ਲਾ ਰਹੀ ਸੀ। ਕੀ ਫੜਨਾ, ਚਲ ਆ ਜਾਓ। ਮੈਂ ਜਾ ਰਹੀ ਫਿਰ, ਮੈਂ ਜਾ ਰਹੀ ਪਾਪਾ ਕੋਲ। ਮੰਮਾ ਜਾ ਰਹੇ ਹੈਂ? ਮੰਮਾ ਜਾ ਰਹੇ ਪੁੱਤ? ਆਈ ਆ ਨਹੀਂ, ਮੈਂ ਜਾ ਰਹੀ ਫਿਰ। ਮਿੰਮੀ ਆ ਨਹੀਂ, ਮਿੰਮੀ ਹੈ। ਮਿੰਮੀ ਕੌਣ ਹੈ? ਜਪਨੂਰ ਨਾ ਚੁੱਪ ਕਰਕੇ ਬੈਠੀ ਹੈ, ਅਤੇ ਪਿੱਛੋਂ ਨਾ ਐਵੇਂ ਸੀਮੈਂਟ ਜਿਹਾ ਉਤਰ ਰਿਹਾ ਨਾ, ਸਫੇਦੀ ਜਿਹੀ ਉਤਰਦੀ ਪਈ ਹੈ, ਅਤੇ ਉਹਦੇ ਕਾਰਨ ਇੱਥੇ ਕਿਤੇ ਗਿਰ ਗਿਆ ਹੋਣਾ ਇਹ ਜਗ੍ਹਾ 'ਤੇ, ਉੱਪਰ ਬੈੱਡ ਦੀ ਢੋਅ 'ਤੇ, ਅਤੇ ਉੱਥੇ ਖੜ੍ਹੀ ਸੀ ਹੁਣੇ, ਅਤੇ ਉੱਥੋਂ ਦੀ ਕਿਤੇ ਉਤਾਰ ਕੇ ਖਾ ਗਈ, ਸਾਰੀ ਹੱਥ ਨੂੰ ਵੀ ਲਬੇੜੀ ਹੋਈ। ਕੀ ਖਾਧਾ ਤੁਸੀਂ? ਦੇਖੋ, ਅਤੇ ਮੈਂ ਤੁਹਾਨੂੰ ਇਹ ਦੇਖੋ, ਹੱਥ ਨੂੰ ਲੱਗ ਗਈ। ਇਹ ਕੀ ਖਾਧਾ ਤੁਸੀਂ? ਤੁਸੀਂ ਕੀ ਖਾਧਾ? ਦੰਦੇ ਮਾਮਾ ਕਰਨੇ ਸ਼ੁਰੂ ਹੋ ਗਏ, ਮਿੱਟੀ ਖਾਣ ਲੱਗ ਗਿਆ ਮੇਰਾ ਪੁੱਤ ਲੱਗਦਾ, ਲੁੱਕ ਲੁੱਕ ਕੇ। ਹੈਂ, ਉਹ ਕਿਤੇ ਹੈਂਕੀ? ਤੁਹਾਡਾ ਹੈਂਕੀ ਕਿਤੇ ਉਹ ਪਿਆ? ਹੈਂਕੀ ਦੇ ਨੂੰ, ਇਹ ਹੈਂਕੀ ਹੈਂਕੀ ਹੈ ਵੀ ਪਿਆ, ਦੋ ਦੋ ਹੈਂਕੀ ਆ। ਨਹੀਂ, ਜੱਪੂ ਜੱਪੂ ਨਾ ਉਹ ਦੇਖਦਾ ਪਿਆ ਸੀ ਪੋਇਮਾ ਜੀਆਂ, ਹੁਣ ਐਡ ਆ ਗਈ ਹੈ। ਹੈਂਡ ਸਾਫ਼ ਕਰੋ, ਮਾਊਥ ਸਾਫ਼ ਕਰੋ। ਹਾਂ, ਮਾਊਥ ਸਾਫ਼ ਕਰੋ, ਠੀਕ ਹੈ। ਉਹ ਜਪਨੂਰ ਦੀ ਤਾਂ ਪੋਇਮ ਆ ਗਈ ਜਿੰਗਲ ਟੂਨਸ,
लकड़ी की काठी। ऐसे मजपनूर ने चुप करके देखी जाना ते हसी जाऊगी इहनूं जिवें समझ आउंदी सारी की कह रही की नहीं। ਉਹਨੇ ਵਾਹਿਗੁਰੂ ਵਾਹਿਗੁਰੂ ਵਾਲੀ ਲਾਈ ਸੀ ਉਹ ਰਲ ਵਿੱਚ ਮਿਕਸ ਆ ਜਾਂਦੀਆਂ ਨਾ ਸਾਰੀਆਂ ਤਾਂ ਕਰਕੇ ਵੇਖਦੀ ਰਹਿੰਦੀ ਉਹ। ਜਪਨੂਰ ਵਾਹਿਗੁਰੂ ਕਰਕੇ ਦੱਸ ਦਿਓ ਹੈ, ਵਾਹਿਗੁਰੂ ਕਰ ਦਿਓ, ਵਾਹਿਗੁਰੂ ਦੱਸ ਦਿਓ, ਵਾਹਿਗੁਰੂ ਬੋਲ ਕੇ ਦੱਸ ਦਿਓ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਰ ਦਿਓ। ਨਹੀਂ ਬੋਲਣਾ, ਮਸਤ ਹੋ ਗਈ, ਠੀਕ ਹੈ ਫਿਰ ਸਾਰਿਆਂ ਨੂੰ ਬਾਏ ਬਾਏ ਤਾਂ ਕਰ ਦਿਓ। ਅਤੇ ਮੈਂ ਜਰਾ ਪਹਿਲੇ ਬਿਜ਼ੀ ਹੈਗਾ ਵਾਂ, ਫਿਰ ਦੇਖੂੰਗਾ ਮੈਂ, ਗੱਲ ਕਰੂੰਗਾ। ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ, ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਮਹਾਰਾਜ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ, ਤੰਦਰੁਸਤੀ ਦੇ ਵਿੱਚ ਹੀ ਸਾਰਾ ਕੁਛ ਆ ਜਾਂਦਾ ਹੁੰਦਾ ਨਾ, ਬਾਕੀ ਸਰਬੱਤ ਦੇ ਭਲੇ ਵਿੱਚ ਵੀ ਸਭ ਕੁਛ ਆ ਜਾਂਦਾ, ਸਭ ਦਾ ਭਲਾ ਕਰੇ ਮਹਾਰਾਜ। ਅਤੇ ਇਕੱਲੀ ਰਿੰਪਲ ਸਿੱਧੂ ਤੋਂ ਬਿਨਾਂ, ਅਤੇ ਇਹ ਮੇਰਾ ਨਾ ਤਮੰਨਾ, ਕਿਉਂਕਿ ਇਹਦਾ ਮੈਨੂੰ ਗੁੱਸਾ ਆ ਜਾਂਦਾ ਵੀ ਮੈਂ ਕਿਸੇ ਨੂੰ ਮਾੜਾ ਚੰਗਾ ਪਹਿਲਾਂ ਬੋਲਦਾ ਨਹੀਂ ਹੁੰਦਾ ਗਾ, ਠੀਕ ਹੈ। ਅੱਜ ਆਖਰੀ ਵਾਰ ਬੋਲਣ ਲੱਗਿਆ, ਮੈਂ ਮਾਫ਼ੀ ਮੰਗਦਾ ਤੁਹਾਡੇ ਤੋਂ ਸਾਰਿਆਂ ਤੋਂ, ਠੀਕ ਹੈ, ਕਿਉਂਕਿ ਰਮਨ ਦੇ ਹੰਝੂ ਮੈਂ ਅੱਖਾਂ 'ਚ ਨਹੀਂ ਦੇ ਸਕਦਾ, ਮੈਨੂੰ ਮੇਰਾ ਬਲੱਡ ਹੀ ਵੱਜ ਜਾਂਦਾ, ਕਿਉਂਕਿ ਪਹਿਲਾਂ ਵੀ ਦੁੱਖ ਝੱਲਦ ਹੋਈ ਆਈ ਆ ਇਹ, ਅਤੇ ਇੱਥੇ ਆ ਕੇ ਵੀ ਜਾਣੀ ਕਿ ਵੀ ਇਹਦੀ ਅੱਖ 'ਚ ਹੰਝੂ ਹੋਣ ਲੱਖ ਲਾਹਨ ਤਾਂ ਮੇਰੇ ਵਰਗੇ ਇਨਸਾਨ ਦੇ, ਹੈ ਨਾ। ਅਤੇ ਇਸ ਕਰਕੇ ਮੈਂ ਸਭ ਦਾ ਭਲਾ ਮੰਗਦਾ, ਅਤੇ ਝੋਲੀ ਅੱਡ ਕੇ ਗੁਰੂ ਰਾਮਦਾਸ ਜੀ ਤੋਂ ਇਹ ਮੰਗਦਾ ਕਿ ਰਿੰਪਲ ਸਿੱਧੂ ਹਜੇ ਵੀ ਨਹੀਂ ਸੁਧਰ ਰਹੀ, ਅਤੇ ਹੇ ਗੁਰੂ ਰਾਮਦਾਸ ਜੀ ਮੈਂ ਪੱਲਾ ਅੱਡ ਕੇ ਤੁਹਾਡੇ ਮੂਹਰੇ ਅਰਦਾਸ ਕਰਦਾ, ਇਹਦਾ ਸੱਜੇ ਹੱਥ ਨਾਲ ਲਿਖਦੀ ਹੈ ਸੱਜਾ ਪਾਸਾ ਖੜ ਜੇ। ਨਹੀਂ ਮੈਂ ਤਾਂ ਦੁਖੀ ਹੋਇਆ ਬੰਦਾ ਸਰਾਫ ਹੀ ਦਿੰਦਾ ਹੁੰਦਾ, ਬਦਦੁਆ ਹੀ ਦਿੰਦਾ ਹੁੰਦਾ ਗਾ, ਠੀਕ ਹੈ। ਅਤੇ ਰੱਬ ਰੂਹ ਸਾਡੀ ਬੇਟੀ ਹੈ, ਠੀਕ ਹੈ, ਇਹਦਾ ਸਰਾਫ ਵੀ ਮਾਰੇ ਇਹਨੂੰ, ਠੀਕ ਹੈ। ਅਤੇ ਕਿਉਂਕਿ ਮਨ ਦੁਖੀ ਹੁੰਦਾ ਗਾ ਜਦੋਂ ਕੋਈ ਮਾੜਾ ਚੰਗਾ ਕਿਸੇ ਨੂੰ ਅਸੀਂ ਬੋਲਦੇ ਨਹੀਂ, ਸਾਨੂੰ ਬੋਲਦਾ, ਹੈ ਨਾ, ਦੁਖੀ ਹੋ ਕੇ ਫਿਰ ਕਿਹਾ ਜਾਂਦਾ, ਠੀਕ ਹੈ। ਅਤੇ ਬਾਕੀ ਦੂਜੀ ਗੱਲ ਹੈ, ਖਿਲਾੜੇ ਪਾ ਰਹੀ ਹੈ ਰਮਨ ਅਲਮਾਰੀ ਖੋਲਦੀ ਹੈ ਅਤੇ ਉਹ ਗੇੜੇ ਖਾਂਦੀ ਫਿਰਦੀ ਹੈ, ਤੁਹਾਨੂੰ ਦਿਖਾਉਣਾ ਮੈਂ ਕਿਵੇਂ ਭੱਜੀ ਫਿਰਦੀ ਆ। ਸਾਰਾ ਕੁਝ ਲਾ ਲਾ ਕੇ ਛੱਡ ਦੇਣਾ ਇਹਨੇ, ਹੁਣ ਬਸ ਇਹੀ ਵੀ ਇਹਦੇ ਮਗਰ ਮਗਰ ਤੁਰੇ ਫਰਾਈਦਾ, ਇਹਨੂੰ ਮੈਂ ਖਾਣ ਨੂੰ ਦਿੱਤੇ ਨਮਕੀਨ ਪਾਪੜ ਜੇ, ਇਹ ਵੀ ਨਹੀਂ ਖਾਂਦੀ ਗੀ, ਹੁਣ ਇਹਨੇ ਜੇ ਪੁੱਠੇ ਪਾਸੇ ਫੜ ਲਈ ਹੁਣ ਇਹਨੇ ਸੀ ਇਹ ਖੁੱਲਣੀ ਨਹੀਂ ਦਿੰਦਾ ਨਾ, ਇਹਨੇ ਗੁੱਸੇ ਜੇ ਆਈ ਜਾਣਾ, ਇੰਨੀ ਗੁੱਸੇ। ਇੱਕ ਨਾ ਮੈਂ ਨਾ ਵੀ ਦੂਜਾ ਜਦੋਂ ਬੱਚਾ ਗਾ ਪਹਿਲੀ ਵਾਰ ਬੋਲਣ ਲੱਗਦਾ ਗਾ, ਹੈ ਨਾ, ਪਹਿਲਾ ਸ਼ਬਦ ਮਾਂ ਹੀ ਨਿਕਲਦਾ ਉਹਦੇ ਮੂੰਹੋਂ, ਹੈ ਨਾ, ਪਰ ਇਹਦਾ ਕੁਛ ਵੱਖਰਾ ਹੈਗਾ, ਇਹਦੇ ਪਹਿਲੇ ਦਿਨ ਤੋਂ ਹੀ ਵੀ ਪਾਪਾ ਹੀ ਕਹਿੰਦੀ ਹੈ, ਪਹਿਲੇ ਦਿਨ ਤੋਂ ਮੰਮੀ ਦਾ ਨਾਂ ਤਾਂ ਇਹਨੇ ਲਿਆ ਹੀ ਨਹੀਂ ਕਿਤੇ, ਮੰਮੀ ਦਾ ਨਾਂ ਗੁੱਸੇ 'ਚ ਆ ਕੇ ਭਾਣਾ ਲੈ ਦੇਵੇ ਜਦੋਂ ਭੁੱਖ ਲੱਗੀ ਹੈ, ਨਾਲੇ ਤਾਂ ਕਚੀਚੀਆਂ ਵੱਟੂਗੀ ਅਤੇ ਨਾਲੇ ਐਂ ਕਰਕੇ ਨਾ ਐਂ ਮੁੱਠੀਆਂ ਮੇਚ ਕੇ ਕਚੀਚੀਆਂ ਵੱਟਦੀ, ਦੋਨੇ ਅਕੜਾ ਕੇ ਬਾਹਾਂ, ਫਿਰ ਕਹੂ ਮੰਮਾ ਮੰਮਾ ਅੰਮੀ ਅੰਮੀ, ਬਸ ਨਹੀਂ ਇਹਨੇ ਸਾਰੀ ਦਿਹਾੜੀ ਪਾਪਾ ਪਾਪਾ ਦਾ ਰਾਗ ਹੀ ਉਲਾਪਦੇ ਰਹਿਣਾ ਗਾ।
ਮੇਰੇ ਮਗਰ ਮਗਰ ਬੱਕਰੀ ਦੇ ਮਗਰ ਲੇੜਾ ਨੀ ਫਿਰਦਾ ਹੁੰਦਾ, ਐਂ ਤੁਰੀ ਫਿਰੂ ਜਿੱਧਰ ਨੂੰ ਮੈਂ ਜਾਊ ਮਗਰ ਮਗਰ। ਆਮ ਬੱਚਾ ਜਾਂਦਾ ਹੁੰਦਾ ਮਾਂ ਦੇ ਮਗਰ, ਪਰ ਇਹ ਥੋੜਾ ਜਿਹਾ ਮੰਮੀ ਮਗਰ ਘੱਟ ਜਾਂਦੀ, ਕਿਉਂਕਿ ਮੇਰੇ ਮਗਰ ਇਹਨੂੰ ਲਾਲਚ ਹੁੰਦਾ ਵੀ ਮੈਂ ਇਹਨੂੰ ਗੀੜਾ ਗੂੜਾ ਕਢਾ ਦਿੰਦਾ ਬਾਹਰ ਜਾਣ ਦਾ ਲਾਲਚ ਹੁੰਦਾ ਇਹਨੂੰ। ਸੁਬਹਾ ਸੁਬਹਾ ਇਹਨੇ ਬਸ ਗੇੜੇ ਕੱਢੇ ਆਉਣੇ ਆ ਜਿਹੜੇ ਜਿੱਧਰ ਜਿੱਧਰ ਮਨ ਚਾਹੀ ਜਿਹੜੇ ਜਿਹੜੇ ਘਰੇ, ਕਿਉਂਕਿ ਸਾਰੀ ਗਲੀ ਦੀ ਨੀ ਮੈਂ ਕਹਿ ਸਕਦਾ ਸਾਰੇ ਪਿੰਡ ਦੀ ਲਾਡਲੀ ਧੀ ਆ ਇਹ। ਇੱਕ ਮੈਂ ਨਾ ਹੈਂਡੀਕੈਪ ਵੀਰ ਆ ਕੇ ਭੈਣ ਆ, ਉਹਨੇ ਕਮੈਂਟ ਕੀਤਾ ਸੀਗਾ ਕਿ ਇੱਦਾਂ ਦੇ ਕੰਮ ਤੁਹਾਨੂੰ ਸੋਭਾ ਨਹੀਂ ਦਿੰਦੇ, ਜਾਂ ਤੁਸੀਂ ਗਾਣਿਆਂ 'ਤੇ ਵੀਡੀਓ ਬਣਾਉਂਦੇ ਆ ਜਾਂ ਕਿਵੇਂ ਵੀ, ਹੈ ਨਾ ਵੀ ਗੱਲ ਇੱਦਾਂ ਹੁੰਦੀ ਹੈ ਜੀ। ਕਦੇ ਵੀ ਆਪਣੇ ਆਪ ਨੂੰ ਜਿਵੇਂ ਮੇਰੀਆਂ ਭੈਣਾਂ ਗੁੱਸਾ ਕਰ ਜਾਂਦੀਆਂ ਜੇ ਮੈਂ ਆਪਣੇ ਆਪ ਨੂੰ ਹੈਂਡੀਕੈਪ ਕਹਾਂ, ਹੈ ਨਾ, ਅਤੇ ਹੈਂਡੀਕੈਪ ਨਾ ਸਮਝੋ, ਆਪਣੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝੋ, ਠੀਕ ਹੈ। ਜਦੋਂ ਆਪਣੇ ਆਪ ਨੂੰ ਆਪਾਂ ਕਿਸੇ ਤੋਂ ਘੱਟ ਸਮਝਦੇ ਹਾਂ, ਠੀਕ ਹੈ, ਅਤੇ ਉਹ ਫਿਰ ਜਿਵੇਂ ਕਿ ਮੈਂ ਹੁਣ ਚਲੋ ਵਾਰ ਵਾਰ ਦੁਹਰਾਉਣਾ ਨਹੀਂ ਚਾਹੁੰਦਾ, ਸਿਰ ਚੜ੍ਹ ਜਾਂਦਾ ਅਗਲਾ, ਠੀਕ ਹੈ। ਇਸ ਕਰਕੇ ਆਪਣੇ ਆਪ ਨੂੰ ਕਦੇ ਵੀ ਦੂਸਰਿਆਂ ਨਾਲੋਂ ਘੱਟ ਨਹੀਂ ਸਮਝਣਾ ਚਾਹੀਦਾ। ਰਮਨ ਨੇ ਕੁਛ ਕਹਿਣਾ ਗਾ, ਮੈਂ ਵੇਖਣਾ ਕੀ ਪੁੱਛਦਾ ਇਹਨੂੰ ਕੀ ਕਹਿੰਦੀ ਆ। ਇੰਟਰਵਿਊ ਲੈਂਦੇ ਹਾਂ ਅੱਜ ਰਮਨ ਦੀ, ਮੈਂ ਮਣੀ ਕੈਂਡ ਪੰਜਾਬੀ ਵਾਲਾ ਬਣ ਕੇ ਵੇਖਣਾ। ਹਾਂਜੀ ਮੈਡਮ ਦੱਸੋ ਜੀ। ਮੈਂ ਪਤਾ ਕੀ ਕਹਿਣਾ ਚਾਹੁੰਦੀ, ਕੱਲ੍ਹ ਜਿਹੜੀ ਅਸੀਂ ਵੀਡੀਓ ਪਾਈ ਹੈ ਨਾ, ਉਹ ਅੱਕ ਕੇ ਪਾਈ, ਕਿਉਂਕਿ ਨਾ ਜ਼ਰੂਰਤ ਤਾਂ ਜ਼ਿਆਦਾ ਵੀ ਕਈ ਵਾਰੀ ਕੋਈ ਬੋਲੀ ਜਾਵੇ ਬੋਲੀ ਜਾਵੇ ਉਹਨੂੰ ਚੁੱਪ ਕਰਾਉਣਾ ਪੈਂਦਾ ਹੈ, ਅਤੇ ਜ਼ਰੂਰਤ ਦਾ ਸਿਰ 'ਤੇ ਚੜ੍ਹੀ ਜਾਣ ਲੱਗਾ ਮੈਂ ਤਾਂ ਥੱਲੇ ਤਾਰਿਆ, ਹੈ ਨਾ। ਚਲੋ ਕੋਈ ਗੱਲ ਨਹੀਂ, ਹੁਣ ਕਿਉਂਕਿ ਗੱਲ ਹੈ ਕਿ ਕਿਸੇ ਦੀ ਜਦੋਂ ਦਿਲ ਤੇ ਲੱਗਦੀ ਹੈ ਨਾ, ਤੇ ਉਹ ਗੱਲ ਚੰਗੀ ਨਹੀਂ ਹੈ ਕਿਸੇ ਨੂੰ। ਵਾਹਿਗੁਰੂ ਵੇਖੂਗਾ, ਹੈ ਨਾ। ਆਪਾਂ ਚੁੱਪ, ਆਪਾਂ ਮਸਤ ਰਹਿਣਾ ਆਪਣੇ ਕੰਮ 'ਚ। ਅੱਜ ਤੋਂ ਬਾਅਦ ਇਹ ਕਸਮ ਖਾਂਦੇ ਆ ਮੇਰੇ ਹੱਥ ਤੇ ਹੱਥ ਧਰ ਕੇ ਕਸਮ ਖਾ। ਵਧੀਆ ਲੱਗਾ ਕਿ ਹੈ ਨਾ, ਲੈ ਵੀ ਅਸੀਂ ਰਮਨ ਨੇ ਖਾਧੀ ਆ ਮੇਰੇ ਹੱਥ ਤੇ ਹੱਥ ਰੱਖ ਕੇ ਕਸਮ, ਕੋਈ ਮੰਦਾ ਚੰਗਾ ਬੋਲੀ ਜਾਵੇ ਅਸੀਂ ਨਹੀਂ ਕਰਨੀ ਪ੍ਰਵਾਹ, ਠੀਕ ਹੈ, ਕਸਮ ਦੇ ਨਾਲ, ਕਿਉਂਕਿ ਕਸਮ ਇਕੱਲੀ ਲੰਘਦੀ ਨਹੀਂ ਸੀ, ਨਾਲ ਪਾਪੜ ਲੈਣਾ ਪਿਆ ਇਹਨੂੰ, ਪਾਪੜ ਦੇ ਨਾਲ ਕਸਮ ਨੂੰ ਨੰਘਾ ਰਹੀ ਆ। ਅਤੇ ਵੀ ਕੋਈ ਕੁਛ ਕਹੀ ਜਾਵੇ, ਠੀਕ ਹੈ, ਕੁੱਤੇ ਬਿੱਲੇ ਭੌਂਕਦੇ ਆ ਅਤੇ ਅਸੀਂ ਪ੍ਰਵਾਹ ਨਹੀਂ ਕਰਦੇ, ਅਸੀਂ ਆਪਦਾ ਅੱਗੇ ਵਧਾਂਗੇ ਅਤੇ ਬਸ ਇੱਦਾਂ ਹੀ ਮਸਤ ਚਾਲ ਚੱਲਦੇ ਰਹਾਂਗੇ, ਠੀਕ ਹੈ। ਨਾ ਅਸੀਂ ਕਿਸੇ ਨੂੰ ਮਾੜਾ ਕਹੀਏ, ਜੇ ਕੋਈ ਮਾੜਾ ਕਹਿੰਦਾ ਆਪੇ ਬੀਤੀ ਦਾ ਫਲ ਪਾਉਂਦਾ। ਨਹੀਂ ਨਹੀਂ ਮਾੜਾ ਸੁਣੀਏ ਵੀ ਕਿਉਂ ਆਪਾਂ, ਨਹੀਂ ਯਾਰ ਕੋਈ ਗੱਲ ਨਹੀਂ, ਸੁਣੀਏ ਇੱਕ ਵਾਰੀ ਥੱਲੇ ਤਾਰਨਾ ਪੈਂਦਾ ਇਹਨਾਂ ਨੂੰ, ਤਾਂ ਹੀ ਸੁਧਰਦੇ। ਗੁਰੂ ਰਾਮਦਾਸ ਜੀ ਦਾ ਹੱਥ ਆਪਣੇ ਸਿਰ ਤੇ ਆਪਣੇ ਬੱਚੇ ਦੇ, ਬਾਬਾ ਜੀ ਨੇ ਸਾਨੂੰ ਵੀ ਕਿਹਾ ਕਿ ਤੁਸੀਂ ਵੀ ਕੁਛ ਕਰੋ, ਜ਼ਰੂਰੀ ਨਹੀਂ ਕਿ ਚੁੱਪ ਕਰਕੇ ਸਹੀ ਜਾਓ। ਮੈਂ ਇੱਕ ਵਾਰੀ ਇਹ ਚੀਜ਼ ਕਰ ਲਈ ਹੈ, ਕਰਨਾ ਸਹਿ ਲਿਆ ਬਹੁਤ, ਚਲੋ ਤਾਂ ਪ੍ਰਮਾਤਮਾ ਨੇ ਮੇਰੀ ਸੁਣ ਲਈ ਤੇ ਅੱਜ ਮੈਂ ਇੱਥੇ ਬੈਠੀ ਹਾਂ ਵਧੀਆ। ਨਹੀਂ ਨਹੀਂ ਬਾਕੀ ਆਏ ਨਾ, ਪਰ ਹੁਣ ਨਹੀਂ 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 ਉਹ ਤਾਂ ਮਹਾਰਾਜ ਨੇ ਵੀ ਕਿਹਾ ਵੀ ਜੇ ਜ਼ੁਲਮ ਕਰਨਾ ਸਹਿਣਾ, ਉਸ ਤੋਂ ਵੀ ਵੱਡਾ ਪਾਪ ਹੈ, ਪਾਪ ਹੈ ਤੇ ਸਹਿਣਾ ਵੀ ਨਹੀਂ ਚਾਹੀਦਾ। ਪਰ ਉਹ ਚਲੋ ਕੋਈ ਗੱਲ ਨਹੀਂ, ਤੇ ਗੁਰੂ ਮਹਾਰਾਜ ਨੂੰ ਆਪਾਂ ਇਹ ਸੌਂਪ ਦਿੰਦੇ ਹਾਂ ਕਿ ਤੁਸੀਂ ਵੀ ਆਪ ਹੀ ਦੇਖੋ ਜੀ, ਠੀਕ ਹੈ, ਉਹ ਆਪੇ ਦੇਖਣਗੇ ਜੇ ਉਹਨਾਂ ਦਾ ਆਪਣੇ ਸਿਰ ਤੇ ਹੱਥ ਹੈ ਤੇ ਉਹ ਜ਼ਰੂਰ ਦੇਖਣਗੇ। ਬਾਕੀ ਰਹੀ ਇਹ ਗੱਲਾਂ ਦੀ, ਹੁਣ ਅਸੀਂ ਕਰਦੇ ਹਾਂ ਖਤਮ ਸਮਾਪਤੀ, ਤੇ ਰਹੀ ਜਪਨੂਰ ਦੇ ਬਰਥਡੇ ਦੀ, ਉਹ ਤਿਆਰੀ ਚੱਲੀ ਜਾਂਦੀ ਹੈ, ਅਸੀਂ ਅੱਜ ਜਾਣਾ ਹੈ ਬਾਜ਼ਾਰ, ਉੱਥੇ ਅੱਜ ਵੇਖਾਂਗੇ ਹਰਜੀਤ ਦੀ ਟੀ-ਸ਼ਰਟ। ਕੱਲ ਤਾਂ ਭਾਜੀ ਤੁਹਾਡੇ ਨੂੰ ਆਪਣੇ ਕੱਪੜੇ ਦੀ ਪਈ ਹੋਈ ਹੈ, ਮੈਂ ਕਹਿੰਦੀ ਹਾਂ ਕੁੜੀ ਦੀ ਡਰੈਸ ਮਿਲ ਜਾਏ ਨਾ
ਤੇ ਮੈਂ ਸ਼ਾਂਤੀ ਚ ਬਹਿ ਜਾਣਾ, ਚੱਲ ਮੈਨੂੰ ਹੋਰ ਟੈਨਸ਼ਨ ਨਹੀਂ ਹੋਏਗੀ। ਉਹਦੀ ਡਰੈਸ ਇੱਕ ਡਿਸਾਈਡ ਹੋ ਜਾਏ, ਕਿਉਂਕਿ ਇੱਕ ਹੋ ਰਿਹਾ ਸੀਜ਼ਨ ਆਫ, ਸੀਜ਼ਨ ਆਫ ਕਾਰਨ ਦੂਜਾ ਸਰਦੀਆਂ ਦਾ ਵਿੰਟਰ ਕੱਪੜੇ ਸਾਰੇ ਮਿਲੀ ਜਾ ਰਹੇ ਨੇ, ਉਹ ਤਾਂ ਕਰਕੇ ਡਰੈਸ ਕਿਤੇ ਨਹੀਂ ਮਿਲਦੀ ਪਈ। ਮੈਨੂੰ ਹੁਣ ਵੇਖਣੀ ਪਏਗੀ, ਜਿਹੜੀ ਆਦੀ ਦੁਕਾਨਾਂ ਨਹੀਂ ਤੇ ਗਈ ਉੱਥੇ ਜਾ ਕੇ ਵੇਖੂੰਗੀ। ਆਹ ਮਾੜੀ ਆ ਫਰਾਕ, ਆਹ ਥੋੜਾ ਪਾਣੀ ਆ ਅਤੇ ਘਰ ਪਾਣ ਅਤੇ ਜਪਨੂਰ ਮੇਰੇ ਓ ਓ ਲੈ ਗਈ ਖਿੱਚ ਕੇ ਸਾਰਾ ਕੁਝ ਜਪਨੂਰ। ਬਾਕੀ ਕਿਉਂਕਿ ਜ਼ਿਆਦਾ ਤੇ ਕੁਝ ਵੀ ਨਹੀਂ ਹੈਗਾ, ਇੱਕ ਕਮਰਾ ਤਿਆਰ ਹੋ ਜਾਏ ਤੇ ਬਸ, ਉਸ ਤੋਂ ਬਾਅਦ ਕੋਈ ਟੈਨਸ਼ਨ ਨਹੀਂ ਹੈ। ਮੈਨੂੰ ਸਾਨੂੰ ਕਮਰੇ ਦੀ ਟੈਨਸ਼ਨ ਹੈਗੀ, ਕਮਰਾ ਹਜੇ ਅੰਕਲ ਜੀ ਜਿਹੜੇ ਆਏ ਆਉਣੇ ਸੀ ਉਹ ਆਏ ਨਹੀਂ ਹੈ, ਗਲੀ ਦੇ ਵਿਚ ਆ ਕਈ ਤੇ ਉਹ ਚਲੋ ਉਹ ਤਾਂ ਚਲੋ ਕੋਈ ਗੱਲ ਨੀ ਵੀ ਬਣਦਾ ਵੀ ਉਹਨਾਂ ਦੀਆਂ ਚੱਟੀਆਂ ਤਾੜੀਆਂ ਹੈਗੀਆਂ, ਵੈਸੇ ਉਹ ਸਾਡੇ ਭਤੀਜਿਆਂ ਦੇ ਥਾਂ ਲੱਗਦੇ ਆ ਤੇ ਅਸੀਂ ਥੋੜਾ ਜਿਹਾ ਨਾ ਕਰ ਦਿੰਦੇ ਹੁੰਦੇ ਕੰਮ। ਕਈ ਵਾਰੀ ਆਪਾਂ ਉਮਰ ਨੂੰ ਵੀ ਉੱਪਰ ਰੱਖ ਸਕਦੇ, ਜ਼ਰੂਰੀ ਨਹੀਂ ਰਿਸ਼ਤੇ ਨੂੰ ਉੱਪਰ ਰੱਖੀ ਜਾਣਾ। ਕਈ ਨਹੀਂ ਅਸੀਂ ਰੱਖਿਆ, ਮੈਂ ਰੱਖਿਆ ਹੁਣ ਆਪ ਆਪਣੀ ਉਹ ਭਾਬੀ ਲੱਗਦੀ ਹੁੰਦੀ ਸੀਗੀ ਤੇ ਉਹ ਭਾਬੀ ਹੋ ਗਈ ਬੁੱਢੀ, ਉਹ ਭਾਬੀ ਕਰਦੀ ਰਿਟਾਇਰ ਜਿਹੜੀਆਂ ਸਾਡੀਆਂ ਨੂੰਹਾਂ ਲੱਗਦੀਆਂ ਸੀ, ਹੁਣ ਉਹਨਾਂ ਨੂੰ ਭਾਬੀ ਕਹਿਣ ਲੱਗ ਗਈ, ਪਰ ਉਹਨੂੰ ਵੀ ਭਾਬ ਗਈ। ਉਹ ਤੇ ਗੱਲ ਚੱਲ ਜੇ ਭਾਬੀ ਦੇ ਚੱਲਦੇ, ਪਰ ਜ਼ਿਆਦਾ ਬਜ਼ੁਰਗ ਬੰਦਾ ਹੋਵੇ ਤੇ ਉਹਨੂੰ ਤੁਸੀਂ ਜਪਨੂਰ ਵਾਸਤੇ ਸਾਰਾ ਕੰਮ ਹੁੰਦਾ ਪਿਆ, ਜਪਨੂਰ ਹੀ ਨਾ ਸ਼ਾਇਦ ਸੈੱਟ ਕਰੇਗਾ ਆਪਣਾ ਸਮਾਨ ਤਮਾਨ। ਜਪਨੂਰ ਚਲੋ ਜਾਂਦੇ ਜਾਂਦੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮੂਹਰੇ ਨਾ ਡੇ ਪੀ ਤੂੰ ਨੂਰ। ਚਲੋ ਠੀਕ ਹੈ ਜੀ, ਕੱਲ ਨੂੰ ਨਵੇਂ ਵਲੌਗ ਦੇ ਨਾਲ ਫਿਰ ਮਿਲਦੇ ਹਾਂ। ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਦਿਲੋਂ ਦੁਆਵਾਂ ਤੇ ਤੁਸੀਂ ਸਾਨੂੰ ਪਿਆਰ ਦਿਓ, ਏਦਾਂ ਹੀ ਪਿਆਰ ਦਿੰਦੇ ਰਹੋ ਸਾਡੀ ਜੋੜੀ ਨੂੰ ਤੇ ਇੱਕ ਚੀਜ਼ ਹੋਰ ਬੋਲਣੀ ਸੀ ਮੈਂ, ਉਹ ਦੇਖੋ ਬਦਲਦਾ ਮੌਕਾ ਦਿਓ ਕਿਵੇਂ ਗਈ ਹੈ। ਉੱਤਰ ਦੀ ਵੀਡੀਓ ਬਣਾਉਣੀ ਸੀ, ਪਲਟਾ ਖਾ ਕੇ ਥੱਲੇ ਉਤਰ ਗਈ। ਮੈਂ ਇੱਕ ਗੱਲ ਹੋਰ ਕਹਿਣੀ ਸੀ, ਕੱਲ ਦੀ ਵੀਡੀਓ ਦੇ ਵਿੱਚ ਨਾ ਇੱਕ ਮੈਸੇਜ ਹੋਰ ਆ ਰਿਹਾ ਹੈ, ਇੱਕ ਮਿੰਟ ਹਨਾ, ਕੱਲ ਦੀ ਵੀਡੀਓ ਚ ਇੱਕ ਮੈਸੇਜ ਹੋਰ ਆ ਰਿਹਾ ਹੈ ਕਿ ਦੀਦੀ ਤੁਸੀਂ ਬੜੇ ਦਿਨਾਂ ਬਾਅਦ ਵੀਡੀਓ ਪਾਈ, ਅੱਜ ਕਿੱਥੋਂ ਵੀਡੀਓ ਪਾਤੀ ਹਨਾ। ਤੇ ਮੈਂ ਉਹੀ ਗੱਲ ਆਪਾਂ ਨਾ ਬੜੇ ਚਿਰਾਂ ਤੋਂ ਨੋਟਿਸ ਕਰੀ ਜਾ ਰਹੇ ਹਾਂ ਕਿ ਕੱਲ ਦੀ ਜਿਵੇਂ ਵੀਡੀਓ ਪਾਈ ਉਹ ਵੀਡੀਓ ਬਹੁਤ ਚੱਲੀ, ਕੋਈ ਉਹ ਭੈਣ ਭਰਾ ਵੀ ਜੁੜੇ ਜਾ ਰਹੇ ਸੀ ਜੋ ਪਹਿਲੇ ਮੈਸੇਜ ਕਰਦੇ ਸੀ, ਵਿੱਚ ਉਹਨਾਂ ਨੂੰ ਸ਼ਾਇਦ ਵੀਡੀਓ ਨਹੀਂ ਪਹੁੰਚ ਰਹੀ, ਉਹਨਾਂ ਨੇ ਮੈਸੇਜ ਕਰਨੇ ਬੰਦ ਆ ਗਏ ਕਮੈਂਟ, ਤੇ ਹੁਣ ਉਹ ਕੱਲ ਉਹਨਾਂ ਵੀ ਕੱਲ ਦੀ ਵੀਡੀਓ ਦੇ ਅਕੋਰਡਿੰਗ ਪਤਾ ਚੱਲ ਰਿਹਾ। ਇਸ ਲਈ ਮੈਂ ਕਹਿਣਾ ਚਾਹੁੰਦੀ ਹਾਂ ਕਿ ਜਿਨ੍ਹਾਂ ਨੂੰ ਸਾਡਾ ਚੈਨਲ ਸ਼ੋਅ ਨਹੀਂ ਹੁੰਦਾ, ਨੋਟੀਫਿਕੇਸ਼ਨ ਨਹੀਂ ਆਉਂਦਾ ਜਾਂ ਵੀਡੀਓ ਨਹੀਂ ਦਿਖਣੀ ਬੰਦ ਹੋ ਜਾਂਦੀ ਤੇ ਤੁਸੀਂ ਦੇਖਣੀ ਬੰਦ ਕਰ ਦਿਓ, ਸਰਚ ਕਰਕੇ ਤੁਸੀਂ ਚੈਨਲ ਦੀ ਸਰਚ ਕਰ ਲਿਆ ਕਰੋ, ਚੈਨਲ ਸਰਚ ਕਰਕੇ ਵੀਡੀਓ ਕੱਢ ਲਿਆ ਕਰੋ, ਉਹ ਫਿਰ ਤੁਹਾਨੂੰ ਫਿਰ ਰੋਜ਼ ਨਜ਼ਰ ਆ ਜਾਏ ਕਰੇਗੀ। ਕਿਉਂਕਿ ਜਿਹੜਾ ਆਪਾਂ ਯੂਟਿਊਬ ਚੈਨਲ ਹੁੰਦਾ ਨਾ, ਆ
ਕੁਛ ਕਰਦਾ ਆ ਪਿੱਛੋਂ ਦੀ ਕਿ ਕਿਸ ਹਿਸਾਬ ਨਾਲ ਵੀਡੀਓ ਨੂੰ ਕਿੰਨੇ ਲੋਕਾਂ ਤੱਕ ਪਹੁੰਚਾਉਣਾ ਕਿੰਨਿਆਂ ਤੱਕ ਨਹੀਂ। ਇਸ ਲਈ ਤੁਹਾਡਾ ਸਾਥ ਇੰਨਾ ਐਵੇਂ ਹੀ ਬਣਿਆ ਰਹੇ ਸਾਰੀ ਵੀਡੀਓ ਦੇ ਵਿੱਚ, ਹੈ ਨਾ, ਵੀਡੀਓ ਚੱਲਦੀ ਰਹੇ ਤੇ ਬਹੁਤ ਹੈ ਕਿ ਤੁਸੀਂ ਸਾਰੇ ਸਾਡੇ ਨਾਲ ਜੁੜੇ ਰਹੋਗੇ। ਹਾਂ, ਫੇਰ ਹੀ ਅਸੀਂ ਅੱਗੇ ਵਧ ਸਕਾਂਗੇ। ਮੈਸੇਜ ਕਰਦੇ ਨੇ ਉਹ ਸਾਨੂੰ ਕਹਿੰਦੇ ਤੁਸੀਂ ਵੀਡੀਓ ਨਹੀਂ ਪਾਉਂਦੇ, ਸਾਨੂੰ ਬਹੁਤ ਬਾਹਰ ਵੀ ਮਿਲਦੇ ਨੇ ਉਹ ਵੀ ਕਹਿੰਦੇ ਵੀਡੀਓ ਨਹੀਂ ਪਾਉਂਦੇ। ਮੈਂ ਕਿਹਾ ਨਹੀਂ ਪਾਉਂਦੇ ਹਾਂ, ਵੀਡੀਓ ਤਾਂ ਰੋਜ਼ ਆਉਂਦੀ, ਕਦੀ ਹੋ ਜਾਂਦਾ ਜੇ ਨਹੀਂ ਆਉਂਦੀ ਤੇ। ਵੈਸੇ ਹੁਣ ਤਾਂ ਆਪਾਂ ਨਾਗਾ ਪੈਂਦੇ ਨਹੀਂ ਗੇ। ਹਾਂ, ਉਵੇਂ ਨਾਗਾ ਨਹੀਂ ਪੈਂਦਾ। ਚਲੋ ਫਿਰ ਨਿੱਕੇ ਨਿੱਕੇ ਹੱਥ ਜੋੜ ਕੇ ਫਤਿਹ ਬੁਲਾਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।